ਮੈਂ ਵਿਪਨ ਗੁਪਤਾ ਟੇਸਟੀ ਬਾਈਟ ਰੈਸਟੋਰੈਂਟ ਤੋਂ ਤੁਹਾਨੂੰ ਸਾਰਿਆਂ ਨੂੰ ਦੀਪਾਵਲੀ ਵਿਸ਼ਕਰਮਾ ਡੇ ਔਰ ਬੰਦੀ ਛੋੜ ਦਿਵਸ ਦੇ ਉੱਤੇ ਬਹੁਤ ਬਹੁਤ ਮੁਬਾਰਕਾਂ ਅਤੇ ਸ਼ੁਭਕਾਮਨਾਵਾਂ ਦਿੰਦਾ ਹਾਂ। ਮੈਂ ਆਪਣੇ ਪਰਿਵਾਰ ਵੱਲੋਂ ਸਾਰਿਆਂ ਨੂੰ ਇਹ ਸਾਰਿਆਂ ਵਾਸਤੇ ਇਹ ਦੁਆਵਾਂ ਕਰਦਾ ਹਾਂ ਕਿ ਆਉਣ ਵਾਲਾ ਸਮਾਂ ਤੁਹਾਡੇ ਸਾਰਿਆਂ ਲਈ ਬਹੁਤ ਹੀ ਖੁਸ਼ੀਆਂ ਅਤੇ ਖੇੜੇ ਲੈ ਕੇ ਆਵੇ। ਆਪਾਂ ਸਾਰੇ ਬਹੁਤ ਵੱਡੇ ਇੱਕ ਸੰਕਟ 'ਚੋਂ ਗੁਜ਼ਰੇ ਹਾਂ, ਜਿਸ ਤਰ੍ਹਾਂ ਕਿ ਕੋਰੋਨਾ ਅਤੇ ਇਸ ਵੇਲੇ ਡੇਂਗੂ ਦੀ ਬਿਮਾਰੀ ਬੜੀ ਤੇਜ਼ੀ ਨਾਲ ਚੱਲ ਰਹੀ ਹੈ। ਮੈਂ ਸਾਨੂੰ ਇਹ ਸਾਰਿਆਂ ਨੂੰ ਧਿਆਨ ਰੱਖਣਾ ਚਾਹੀਦਾ ਹੈ ਕਿ ਇਸ ਇਨਵਾਇਰਮੈਂਟ ਦੇ ਉੱਤੇ ਆਪਣਾ ਬਹੁਤ ਹੀ ਜ਼ੋਰ ਦੇਈਏ ਤਾਂ ਕਿ ਸਾਡਾ ਜਿਹੜਾ ਵਾਤਾਵਰਨ ਹੈਗਾ ਉਹ ਇੱਕ ਸਾਫ਼ ਸੁਥਰਾ ਸਾਨੂੰ ਹਵਾ ਮਿਲੇ, ਜਿਹਦੇ ਨਾਲ ਜਿਹੜੀਆਂ ਬਿਮਾਰੀਆਂ ਹੈ ਉਹ ਘੱਟ ਤੋਂ ਘੱਟ ਸਾਡੇ ਲਾਗੇ ਆਉਣ। ਤੋ ਮੈਂ ਆਪਣੇ ਪਰਿਵਾਰ ਵੱਲੋਂ ਸਾਰਿਆਂ ਲਈ ਇਹ ਦੁਆਵਾਂ ਕਰਦਾ ਹਾਂ ਕਿ ਜਿਹੜਾ ਆਉਣ ਵਾਲਾ ਸਮਾਂ ਹੈ ਉਹ ਸਾਡੇ ਸਾਰਿਆਂ ਲਈ ਬਹੁਤ ਹੀ ਵਧੀਆ ਇੱਕ ਲੈ ਕੇ ਆਵੇ ਤਾਂ ਕਿ ਅਸੀਂ ਆਪਣੇ ਜੀਵਨ ਨੂੰ ਬਹੁਤ ਅੱਛੇ ਤਰੀਕੇ ਨਾਲ ਗੁਜ਼ਾਰ ਸਕੀਏ। ਔਰ ਸਾਰਿਆਂ ਨੂੰ ਸਾਨੂੰ ਪਿਆਰ ਔਰ ਮੁਹੱਬਤ ਨਾਲ ਰਹਿਣਾ ਚਾਹੀਦਾ ਹੈ। ਮੇਰਾ ਵਿਸ਼ਵਾਸ ਮੁਹੱਬਤ ਸੇ ਨਹੀਂ ਉੱਠ ਸਕਤਾ ਜਬ ਤੱਕ ਸ਼ਹਿਰ ਮੇਂ ਫੂਲੋਂ ਕੀ ਦੁਕਾਨ ਬਾਕੀ ਹੈ। ਇੱਕ ਵਾਰ ਫਿਰ ਮੈਂ ਤੁਹਾਨੂੰ ਸਾਰਿਆਂ ਨੂੰ ਆਪਣੇ ਵੱਲੋਂ ਸ਼ੁਭਕਾਮਨਾਵਾਂ ਭੇਟ ਕਰਦਾ ਹਾਂ।